ਤਾਂ ਕਰਕੇ ਮੇਰੇ ਘਰ ਅਸੀਂ ਪਾਲਣ ਮੈਂ ਤੇ ਨਾਲ ਬਿਨਾਂ ਦੇ ਰੋਟੀ ਰੋਟੀ ਨਹੀਂ ਬਣ ਸਕਦਾ। ਉਹਨਾਂ ਕਿਹਾ ਠੀਕ ਹੈ, ਲੇਕਿਨ ਉਹਨੇ ਕਿਹਾ ਵੀ ਮੇਰੀ ਇੱਕ ਸ਼ਰਤ ਹੈ, ਮੈਂ ਨੱਚਣਾ ਸਿਰਫ ਮੈਦਾ ਦੇ ਪੂਰਾ ਕੇ ਗੋਲ ਪੂਰਾ ਕੇ ਮੈਂ ਨੱਚਣਾ ਖੁੱਲਿਆ। ਇਸ ਵਾਸਤੇ ਜਿਹੜੀ ਤੁਹਾਡੇ ਅੰਦਰ ਦੀ ਗੱਲ ਹੁੰਦੀ ਹੈ ਹਮੇਸ਼ਾ ਮਾਈਕ 'ਤੇ ਆ ਕੇ ਉਹੀ ਕਰਨੀ ਚਾਹੀਦੀ ਹੈ, ਉਹ ਐਵੇਂ ਟੀਮ ਦੀਆਂ ਗੱਲਾਂ ਨਹੀਂ ਕਰਦੀਆਂ। ਅਤੇ ਮੈਂ ਸਮਝਦਾ ਕਿ ਅਸੀਂ ਹਰ ਕ੍ਰਿਸਚਨ ਇਸ ਚੀਜ਼ ਨੂੰ ਬੜਾ ਐਪਰੀਸ਼ੀਏਟ ਕਰਦਾ ਹੈ ਕਿ ਸਿੰਘਾ ਸਾਹਿਬ ਨੇ ਉਹਨੂੰ ਇਹ ਕੀਤਾ ਸੀ 88 ਵੋਟਾਂ ਵਾਲਾ ਮਾਮਲਾ, ਅਤੇ ਮੈਂ ਤਾਂ ਨਹੀਂ ਉਹਨੂੰ ਬਿਲਕੁਲ ਵੀ ਐਪਰੀਸ਼ੀਏਟ ਕਰਦਾ। ਜਿਸ ਲੀਡਰ ਦੇ ਵਿੱਚ ਮੁਫੱਕਰਾਨਾ ਸੋਚ ਨਾ ਹੋਵੇ, ਜਿਸ ਲੀਡਰ ਦੀ ਦੂਰ ਉਦੇਸ਼ੀ ਨਾ ਹੋਵੇ, ਉਹ ਕਾਹਦਾ ਲੀਡਰ ਹੁੰਦਾ ਹੈ? ਉਹਨੂੰ ਆਜ਼ਾਦ ਸੋਚਾਂ ਵੀ ਤੁਹਾਡੇ ਨਾਲ ਮਿਲਦਾ ਹੈ, ਸਾਨੂੰ ਅੱਜ ਇਹ ਸਾਰੇ ਕੰਮ ਨਾ ਕਰਨੇ ਚਾਹੀਦੇ। ਅਤੇ ਇਹ ਦਿਲ ਥੋੜ੍ਹਾ ਜਿਹਾ ਖਿਆਲ ਕਰਨਾ ਚਾਹੀਦਾ, ਸਾਨੂੰ ਹਰ ਗੱਲ 'ਤੇ ਗੌਰ ਕਰਨਾ ਚਾਹੀਦਾ। ਮੈਂ ਉਸ ਬੰਦੇ ਨੂੰ ਲੀਡਰ ਨਹੀਂ ਮੰਨਦਾ, ਲੀਡਰ ਇਹ ਨਹੀਂ ਸੈਂਸਰ ਸਾਹਿਬ ਨੂੰ ਲੀਡਰ ਸਾਡੇ, ਜਿਹੜੇ ਇਸ ਹਾਲਾਤ ਦੇ ਵਿੱਚ ਵੀ ਇੱਥੇ ਪਹੁੰਚ ਕੇ ਖੜੇ ਚਾਰ ਸਾਹਿਬ ਨੇ ਸਦਾ ਤੋਂ ਸਾਰਿਆਂ ਨੂੰ ਰੱਖਣ ਦੇ ਆ ਬਹੁਤ ਬਹੁਤ। ਹਮਾਰੇ ਪਾਸ ਵਕਤ ਕੀ ਜੋ ਹੈ ਵੋ ਕਿੱਲਤ ਹੈ, ਕਿਉਂਕਿ ਇਹ ਬਹੁਤ ਹਮੇਂ ਐਮਰਜੈਂਸੀ ਲੈਣਾ ਪੜ ਰਹਾ ਹੈ, ਕਿਉਂਕਿ ਪੰਜਾਬ ਹਕੂਮਤ ਕੋ ਬੜਾ ਖਤਰਾ ਹੈ ਅਗਰ ਹਮ ਪਰ ਕਹਤੇ ਹਮੇਂ ਖਤਰਾ ਹੈ, ਹਮ ਕਹਤੇ ਹਮੇਂ ਕੋਈ ਖਤਰਾ ਨਹੀਂ। ਜ਼ਿੰਦਾਬਾਦ 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 ਪਤਾ ਨਹੀਂ ਕਹੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਅੱਛਾ ਉਹ ਖਤਰਾ ਜੋ ਹਮਾਰੇ ਲੋਕੋ ਕੋ ਜੜਾਵਾਲਾ ਮੇਂ ਥਾ ਵੋ ਇਤਕੋ ਨਜ਼ਰ ਨਹੀਂ ਆ ਰਹਾ ਥਾ, ਜੋ ਸਰਗੋਦਾ ਮੇਂ ਥਾ ਵੋ ਨਜ਼ਰ ਨਹੀਂ ਆ ਰਹਾ ਥਾ, ਅਬ ਉਨਕੋ ਯੇ ਖਤਰਾ ਹੈ ਕਿ ਪੰਜਾਬ ਅਸੈਂਬਲੀ ਕੇ ਸਾਹਮਣੇ ਹਮ ਬੈਠੇਂਗੇ ਤੋ ਹਮੇਂ ਬੜਾ ਖਤਰਾ ਹੈ। ਹਮ ਕਹਤੇ ਹੈਂ ਹਮੇਂ ਨਹੀਂ ਖਤਰਾ, ਲੇਕਿਨ ਅਸਲ ਖਤਰਾ ਤੋ ਉਨਕੋ ਹੈ, ਉਨਕੋ ਪਤਾ ਹੈ ਕਿ ਯੇ ਅਸਲ ਬਾਤੇਂ ਜੋ ਹੈ ਵੋ ਬਾਰੇ ਬਤਾਏਂਗੇ ਲੋਗੋਂ ਕੋ ਕਿ ਅਸਲ ਕਿਆ ਹੈ ਹਕੀਕਤ, ਔਰ ਵੋ ਅਸਲ ਸੁਨਣਾ ਨਹੀਂ ਚਾਹਤੇ, ਲੇਕਿਨ ਹਮ ਸੁਣਾ ਕੇ ਰਹੇ। ਹਮਾਰੇ ਸਾਥ ਆਜ ਹਮਾਰੇ ਮਨ ਮੇਂ ਹੈ ਮੁਲਾ, ਯੇ ਹਮਾਰੀ ਜਦੋ ਜਹਦ ਕੇ ਸਾਥੀ ਹੈ, ਯੇ ਪਾਦਰੀ ਸਾਹਿਬ ਵੀ ਹੈ ਲੇਕਿਨ ਯੇ ਕਾਮਰੇਡ ਵੀ ਹੈ। ਯੇ ਕੱਲ ਕੇ ਸਾਰੇ ਪ੍ਰੋਸੈਸ ਮੇਂ, ਮੁਜ਼ਾਕਰਾਤ ਮੇਂ, ਐਸ ਪੀ ਸਾਹਿਬ ਯੇ ਹਰ ਪ੍ਰੋਸੈਸ ਮੇਂ ਯੇ ਸਾਥ ਰਹੇ ਹੈ, ਤੋ ਥੋੜਾ ਸਾ ਵਕਤ ਜੋ ਹੈ ਯੇ ਚਾਹਤੇ ਹੈ ਕਿ ਉਨਕੋ ਦੁਆ ਕੇ ਲਿਏ ਦਿਆ ਜਾਏ ਤਾਂ ਕਿ ਉਹ ਆਪਣੀ ਜ਼ਿੰਮੇਦਾਰੀ ਜੋ ਹੈ ਉਹ ਪੂਰੀ ਕਰੇ। ਦਾਨ ਯਿਸੂ ਮਸੀਹ ਕੇ ਅਜ਼ੀਮ ਨਾਮ ਮੇਂ ਆਪ ਸਭ ਕੀ ਖਿਦਮਤ ਮੇਂ ਸਲਾਮ ਪਹੁੰਚੇ। ਸਾਰੀ ਬਾਤੇਂ ਹਮ ਕੋਸ਼ਿਸ਼ ਸੇ ਸੁਣਤੇ ਰਹੇਂਗੇ। ਮੈਂ ਜਿਸ ਤਰ੍ਹਾਂ ਹੁਕਮ ਦਿਆ ਗਿਆ ਉਸਕੇ ਮੁਤਾਬਿਕ 5-6 ਮਿੰਟ ਜੋ ਹੈ ਵੋ ਲੂੰਗਾ, ਚੁਕੇ ਹਮਾਰੇ ਪ੍ਰੋਗਰਾਮ ਨੂੰ ਯੇ ਵੀ ਥਾ ਕਿ ਹਮ ਇੱਕ ਘੰਟਾ ਦੁਆ ਕਰੇਂਗੇ, ਲੇਕਿਨ ਸਿਰਫ ਅਨਾਜ ਕੇ ਵਜ੍ਹਾ ਸੇ ਹਮ ਮਾਈਕ ਉੱਪਰ ਜੋ ਹੈ ਵੋ ਸਿਰਫ 5-6 ਮਿੰਟ। ਔਰ ਮੈਂ ਸ਼ੁਕਰਗੁਜ਼ਾਰ ਹੂੰ ਔਰ ਆਪ ਸਭਕੋ ਸਲਾਮ ਵੀ ਪੇਸ਼ ਕਰ, ਆਪਕੀ ਜੁਰਤ ਕੋ, ਆਪਕੀ ਬਹਾਦਰੀ ਕੋ, ਨੌਜਵਾਨ ਬੇਟੇ ਬੇਟੀਓ ਕੋ, ਇਨ ਤਮਾਮ ਦੋਸਤੋ ਕੋ ਇਤਨੇ। ਔਰ ਮੈਂ ਸਮਝਦਾ ਹੂੰ ਕਿ ਹਮਨੇ ਆਜ਼ਾਦੀ ਹਾਸਲ ਕਰ ਲਈ ਹੈ, ਬਫਜ਼ਲੇ ਖੁਦਾ ਆਜ਼ਾਦੀ ਮਿਲੇ। ਆਮੇਨ ਆਮੇਨ। ਬੋਲੋ ਗੁਲਾਮਨ ਯਿਸੂ ਮਸੀਹ ਕੀ ਜੈ, ਗੁਲਾਮਨ ਯਿਸੂ ਮਸੀਹ ਕੀ ਜੈ, ਜ਼ਿੰਦਾ ਅਸਮਾਨ ਪਰ ਹੈ, ਜ਼ਿੰਦਾ ਅਸਮਾਨ ਪਰ ਹੈ, ਖੁਸ਼ੀ ਕਾ ਨਾਰਾ ਮਾਰੋ, ਖੁਸ਼ੀ ਸੇ ਖੁਦਾਵੰਦ ਕੀ ਇਬਾਦਤ ਕਰੋ, ਗਾਤੇ ਹੋਏ ਉਸਕੇ ਹਜ਼ੂਰ ਹਾਜ਼ਰ ਹੋ, ਜਾਨ ਰੱਖੋ ਕਿ ਖੁਦਾਵੰਦ ਹੀ ਖੁਦਾ ਹੈ, ਉਸੀ ਨੇ ਹਮਕੋ ਬਣਾਇਆ ਔਰ ਹਮ ਖੁਸ਼ੀ ਕੇ ਹੈਂ, ਹਮ ਉਸਕੇ ਲੋਕ ਔਰ ਉਸਕੀ ਚਰਾਗਾਹ ਕੀ ਭੇੜੀ,
शुक्रगुजारी करते हुए उसके हाथ को भी और हम करते हुए उसकी बारगाहों में दाग दो, उसका शुक्र करो और उसके नाम को मुबारक दो, क्योंकि खुदावंद भला है, उसकी शफकत अबदी है और उसकी वफादारी पोस्ट दर पोस्ट रहती है। आमीन। जबूर 72 72 जबूर मुख्तसर भी है, हम उसको गाएंगे, ठीक है। और देखिए रात ने कैसे करवट ली है, हम इस जगह पर इबादत करें। हालेलुया हालेलुया। रे गा सदा की कर मसीहा, रे गा सदा की कर मसीहा, रे गा सड़क बंद कर दो, सड़क बंद कर दो, हक हमारा, सारे लड़के हाय हाय।
Hey, 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 hey,